ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਲਈ ਇੱਕ ਵੱਡੀ ਮੰਗ ਕੀਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਲਈ ਵਨ ਟਾਈਮ ਲੋਨ ਵੇਵਰ ਦੀ ਜਿਹੜੀ ਸਕੀਮ ਹੈ ਉਹ ਲਾਗੂ ਕਰੇ, ਤਾਂ ਕਿ ਕਿਸਾਨਾਂ ਨੂੰ ਜਿਹੜਾ ਵਨ ਟਾਈਮ ਦੇ ਵਿੱਚ ਹੀ ਜਿਹੜਾ ਸੈਟਲਮੈਂਟ ਹੈ ਉਹਨਾਂ ਦੇ ਲੋਨ ਦੀ ਉਹ ਹੋ ਸਕੇ। ਪੰਜਾਬ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਲਈ ਜਿਹੜਾ 2 ਲੱਖ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾ ਰਿਹਾ ਹੈ ਉਹ ਐਡੂਕੇਟ ਨਹੀਂ ਹੈ, ਅਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵੀ ਆਪਣਾ ਹਿੱਸਾ ਉਹਦੇ ਵਿੱਚ ਪਾਏ, ਕਿਉਂਕਿ ਪੰਜਾਬ ਸਰਕਾਰ ਦੇ ਕੋਲ ਜਿਹੜੇ ਸੰਸਾਧਨ ਹੈ ਉਹ ਲਿਮਿਟਿਡ ਹੈਗੇ ਹੈ, ਅਤੇ ਜਿਸ ਦੇ ਕਾਰਨ ਸਾਰੇ ਕਿਸਾਨਾਂ ਦਾ ਲੋਨ ਮਾਫ਼ ਕਰਨਾ ਉਹ ਮੁਨਾਸਿਬ ਨਹੀਂ ਹੋਏਗਾ। ਅਤੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਹਦੇ ਵਿੱਚ ਹਸਤਕਸ਼ੇਪ ਕਰਨ, ਅਤੇ ਜਿਹੜਾ ਕੇਂਦਰ ਸਰਕਾਰ ਆਪਣਾ ਇਹਦੇ ਵਿੱਚ ਜਿਹੜਾ ਸ਼ੇਅਰ ਦੇਵੇ, ਕਿਉਂਕਿ ਇਹ ਮੁੱਖ ਮੰਤਰੀ ਵੱਲੋਂ ਸਾਫ਼ ਕਿਹਾ ਗਿਆ ਕਿ ਹੁਣ ਤੱਕ ਪੰਜਾਬ ਦੇ ਤਕਰੀਬਨ ਜਿਹੜੇ 552 ਜਿਹੜੇ ਛੋਟੇ ਕਿਸਾਨ ਹੈਗੇ ਹੈ ਉਹਨਾਂ ਦਾ ਜਿਹੜਾ ਕਰਜ਼ਾ ਲਗਭਗ 4400 ਕਰੋੜ ਰੁਪਏ ਦਾ ਜਿਹੜਾ ਮਾਫ਼ ਕੀਤਾ ਜਾ ਚੁੱਕਿਆ, ਅਤੇ ਬਾਕੀ ਇਹ ਜਿਹੜਾ ਕਰਜ਼ਾ ਉਹ ਵੀ ਛੇਤੀ ਮਾਫ਼ ਕੀਤਾ ਜਾਏਗਾ। ਲੇਕਿਨ ਇਸ ਲਈ ਕੇਂਦਰ ਸਰਕਾਰ ਤੋਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਜਿਹੜੇ ਵਨ ਟਾਈਮ ਜਿਹੜੀ ਇਹ ਸੈਟਲਮੈਂਟ ਹੈ ਵੇਵਰ ਦੀ ਜਿਹੜੀ ਲੋਨ ਹੈਗਾ ਉਹ ਕਰਨ, ਤਾਂ ਕਿ ਕਿਸਾਨਾਂ ਨੂੰ ਉਹਨਾਂ ਦਾ ਜਿਹੜਾ ਪੁਖਤਾ ਜਿਹੜਾ ਲੋਨ ਮਾਫ਼ੀ ਦਾ ਜਿਹੜਾ ਵਾਅਦਾ ਹੈ ਉਹ ਪੂਰਾ ਕੀਤਾ ਜਾ ਸਕੇ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਨਸ਼ੇ ਨੂੰ ਖਤਮ ਕਰਨ ਲਈ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਇਹਦੇ 'ਚ ਆਪਣਾ ਹਿੱਸਾ ਪਾਵੇ। ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਵਿਧਾਨ ਸਭਾ ਚੋਣਾਂ ਜਦੋਂ ਸੀਗੀ ਤਾਂ ਖੁਦ ਮੁੱਖ ਮੰਤਰੀ ਵੱਲੋਂ ਇਹ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਲੋਕਾਂ ਤੋਂ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਉਹਨਾਂ ਦੀ ਸਭ ਤੋਂ ਪਹਿਲੀ ਪ੍ਰਾਇਰਟੀ ਰਹੇਗਾ, ਅਤੇ ਇਸ ਤੋਂ ਨਾਲ ਨਾਲ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਵੀ ਉਹਨਾਂ ਦੀ ਮੁੱਖ ਜਿਹੜੀ ਏਜੰਡਿਆਂ ਦੇ ਵਿੱਚੋਂ ਇੱਕ ਸੀ। ਲੇਕਿਨ ਹੁਣ ਦੋਨਾਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਨੇ ਆਪਣੀ ਹੀ ਜਿਹੜੀ ਹੈ ਉਹ ਜ਼ਿੰਮੇਵਾਰੀ ਹੁਣ ਸਾਰੀ ਕੇਂਦਰ ਸਰਕਾਰ ਦੇ ਉੱਤੇ ਪਾ ਦਿੱਤੀ, ਅਤੇ ਕੇਂਦਰ ਸਰਕਾਰ ਤੋਂ ਦੋਨਾਂ ਚੀਜ਼ਾਂ ਲਈ ਮੰਗ ਕੀਤੀ ਹੈ ਕਿ ਉਹ ਇਹਦੇ 'ਚ ਹਸਤਕਸ਼ੇਪ ਕਰਨ, ਅਤੇ ਕੇਂਦਰ ਇਹਦੇ ਵਿੱਚ ਪੂਰੀ ਤਰੀਕੇ ਨਾਲ ਆਰਥਿਕ ਜਿਹੜੀ ਮਦਦ ਹੈ ਉਹ ਪੰਜਾਬ ਦੀ ਕਰੇ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।